ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਵ ਸਟੱਡੀ ਦੇ ਵਿੱਚ ਸੋ ਦੋਸਤੋ ਜਨਰਲ ਅਵੇਅਰਨੈਸ ਦੀ ਸੈਕਿੰਡ ਕਲਾਸ ਲੈ ਕੇ ਹਾਜ਼ਰਾਂ ਤੁਹਾਡੇ ਲਈ ਦੂਸਰਾ ਦਿਨ ਆਪਣਾ ਇਸ ਕਲਾਸ ਦਾ ਅੱਜ ਰਹਿਣ ਵਾਲਾ ਹੈ ਬੈਰੀ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਗਏ ਆ ਕੌਨਸਟੇਬਲ ਦੀਆਂ ਵੱਖ-ਵੱਖ ਸ਼ਿਫਟਾਂ ਦੇ ਵਿੱਚ ਇਹ ਕੁਐਸਚਨ ਆਏ ਹੋਏ ਆ ਤਾਂ ਉਹ ਕੁਐਸਚਨ ਆਪਾਂ ਕਲਾਸ ਦੇ ਵਿੱਚ ਲੈ ਕੇ ਹਾਜ਼ਰਾਂ ਤੁਹਾਡੇ ਲਈ ਤਾਂ ਇਹ ਕਲਾਸ ਪੰਜਾਬ ਪੁਲਿਸ ਕੌਨਸਟੇਬਲ ਐਸਆਈ ਤੇ ਜਾਂ ਫਿਰ ਪੀ ਟ੍ਰਿਪਲ ਐਸ ਵੀ ਦਾ ਕੋਈ ਵੀ ਐਗਜ਼ਾਮ ਹੁੰਦਾ ਉਹਨਾਂ ਦੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ ਕੰਪਲੀਟ ਕਲਾਸ ਤੁਸੀਂ ਜ਼ਰੂਰ ਤੇ ਜ਼ਰੂਰ ਦੇਖ ਕੇ ਜਾਇਓ ਨਾਲ ਦੀ ਨਾਲ ਤੁਸੀਂ ਆਨਸਰ ਸੋਚਿਆ ਕਰੋ ਤੇ ਐਂਡ ਦੇ ਵਿੱਚ ਤੁਸੀਂ ਜ਼ਰੂਰ ਦੱਸ ਕੇ ਜਾਇਆ ਕਰੋ ਕਿ ਕਿੰਨੇ ਕੁਐਸਚਨ ਤੁਹਾਡੇ ਇਸ ਕਲਾਸ ਦੇ ਵਿੱਚੋਂ ਸਹੀ ਸੀਗੇ ਤਾਂ ਕਲਾਸ ਨੂੰ ਆਪਾਂ ਸ਼ੁਰੂ ਕਰਦੇ ਹਾਂ ਜਿਹੜੇ ਕੈਂਡੀਡੇਟ ਪਹਿਲੀ ਵਾਰ ਜੁੜ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਪਲੇਲਿਸਟਾਂ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਡੇ ਵਾਈਜ਼ ਤੁਹਾਨੂੰ ਸਾਰੀਆਂ ਕਲਾਸਾਂ मिल ਜਾਣਗੇ। ਲਓ ਜੀ ਪਹਿਲਾ ਕੁਐਸਚਨ ਹੈ ਜਿਹੜਾ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਬਹਾਦਰਗੜ ਕਿਲਾ। ਠੀਕ ਹੈ। ਪੰਜਾਬ ਦੇ ਵਿੱਚ ਇੱਕ ਕਿਲਾ ਹੈ ਬਹਾਦਰਗੜ ਕਿਲਾ। ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਪੁੱਛਿਆ ਗਿਆ। ਲਓ ਜੀ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ? ਸੰਗਰੂਰ ਨਹੀਂ, ਮਾਨਸਾ ਵੀ ਨਹੀਂ ਹੈਗਾ, ਬਰਨਾਲਾ ਵੀ ਨਹੀਂ ਹੈਗਾ। ਤਾਂ ਰਾਈਟ ਆਨਸਰ ਹੈ ਸੀ ਪਟਿਆਲਾ। ਪਟਿਆਲੇ ਦੇ ਵਿੱਚ ਬਹਾਦਰਗੜ ਕਿਲਾ ਜਿਹੜਾ ਉਹ ਪੈਂਦਾ ਹੈ ਪੰਜਾਬ ਦੇ ਵਿੱਚ। ਠੀਕ ਹੈ। ਬਹਾਦਰਗੜ ਕਿਲਾ ਪੰਜਾਬ ਦੇ ਪਟਿਆਲਾ ਦੇ ਵਿੱਚ ਪੈਂਦਾ ਹੈ। ਹੁਣ ਦੇਖੋ ਇੱਥੋਂ ਕਿਲੇ ਦਾ ਤੁਹਾਨੂੰ ਸਥਾਨ ਪੁੱਛ ਲੈ ਗਿਆ। ਤੇ ਉਸ ਤੋਂ ਬਾਅਦ ਅੱਗੇ ਹੋਰ ਵਧਾ ਕੇ ਜੇ ਅਗਲੀ ਸ਼ਿਫਟ ਦੇ ਵਿੱਚ ਇੱਥੋਂ ਕੁਐਸਚਨ ਬਣਨਾ ਹੋਇਆ ਤਾਂ ਇਹ ਕਿਸ ਨਾਲ ਰਿਲੇਟਡ ਹੈ ਮਤਲਬ ਕਿ ਇਸ ਦਾ ਨਾਮ ਬਹਾਦਰਗੜ ਕਿਉਂ ਪਿਆ ਜੇਕਰ ਇਹ ਪੁੱਛ ਲਿਆ ਗਿਆ ਤਾਂ ਤੁਸੀਂ ਇਦਾਂ ਇਸ ਦਾ ਆਨਸਰ ਦੇਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਚਰਨਸ਼ੋਪ ਪ੍ਰਾਪਤ ਸਥਾਨ ਹੈਗਾ ਇਹ ਤੇ ਇਸ ਕਰਕੇ ਜਿਵੇਂ ਗੁਰੂ ਤੇਗ ਬਹਾਦਰ ਬਹਾਦਰ ਉਹਨਾਂ ਦੇ ਨਾਮ ਤੋਂ ਬਹਾਦਰਗੜ ਕਿਲਾ ਪੈ ਗਿਆ ਗੁਰੂ ਤੇਗ ਬਹਾਦਰ ਜੀ ਦੀ ਚਰਨਸ਼ੋਪ ਪ੍ਰਾਪਤ ਹੈ ਤੇ ਇੱਕ ਉਹਨਾਂ ਦੇ ਮਤਲਬ ਕਿ ਕਹਿ ਸਕਦੇ ਆਪਾਂ ਚਾਹਣ ਵਾਲੇ ਸੀਗੇ ਸੈਫ ਖਾਨ ਉਹਨਾਂ ਦੇ ਕੈਨ ਦੇ ਉੱਤੇ ਫਿਰ ਇਹ ਇੱਥੇ ਆਏ ਸੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸੈਫ ਖਾਨ ਜੀ ਦੇ ਕੈਨ ਦੇ ਉੱਤੇ ਆਏ ਸੀ ਸੈਫ ਖਾਨ ਠੀਕ ਹੈ ਕਈ ਸ਼ਿਫਟਾਂ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਲਗਭਗ 2-3 ਸ਼ਿਫਟਾਂ ਦੇ ਵਿੱਚ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਇਹ ਕੁਐਸਚਨ ਬਣਿਆ ਸੀ ਸੈਫ ਖਾਨ ਦੇ ਕੈਨ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਠੀਕ ਹੈ ਜੀ ਤਾਂ ਇਹ ਚੀਜ਼ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤੇ ਕਰਮ ਸਿੰਘ ਨੇ ਇਸ ਦੀ ਉਸਾਰੀ ਕੀਤੀ ਸੀ ਜੇਕਰ ਇਹ ਵੀ ਪੁੱਛ ਲਿਆ ਗਿਆ ਤਾਂ ਤੁਸੀਂ ਇਸ ਦਾ ਵੀ ਆਨਸਰ ਦੇ ਦਿਓ ਲਓ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਰੱਖ ਸਕਦੇ ਹੋ ਤਾਂ ਨੈਕਸਟ ਕੁਐਸਚਨ ਆ ਗਿਆ ਜੀ ਆਪਣਾ ਨਿਮਨ ਲਿਖਤ ਵਿੱਚੋਂ ਕਿਸ ਰਾਜ ਨੇ ਫਰਵਰੀ 2023 ਦੇ ਵਿੱਚ ਵੈਟਲੈਂਡ ਐਕਸ ਸੇਤੂ ਕਨ ਸਰਵੇਸ਼ਨ ਇਸਟੈਬਲਿਸ਼ਮੈਂਟ ਬਣਾਉਣ ਦੀ ਘੋਸ਼ਣਾ ਕੀਤੀ ਸੀ ਕਿਹੜੇ ਰਾਜ ਨੇ ਕੀਤੀ ਫਰਵਰੀ 2023 ਦੇ ਵਿੱਚ ਇਹ ਘੋਸ਼ਣਾ ਹੋਈ ਸੀਗੀ ਠੀਕ ਹੈ ਐਕਸ ਸੇਤੂ ਵੈਟਲੈਂਡ ਬਣਾਉਣ ਦੀ ਤੇ ਕਿਹੜੇ ਰਾਜ ਨੇ ਕੀਤੀ ਤਾਂ ਦੇਖੋ ਜਦੋਂ 2023 ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ 2023 ਦੇ ਵਿੱਚ ਅਗਸਤ ਦੇ ਕਿਸੇ ਪੇਪਰ ਦੇ ਵਿੱਚ ਜਿਹੜਾ ਕਾਂਸਟੇਬਲ ਦਾ ਹੋਇਆ ਉਸ ਦੇ ਵਿੱਚ ਕੁਐਸਚਨ ਆਇਆ ਸੀ ਇਹ ਲਗਭਗ ਕਹਿ ਸਕਦੇ 4-5 ਮਹੀਨੇ ਦੀ ਜਿਹੜੀ ਪ੍ਰਾਣੀ ਇਹਨਾਂ ਨੇ ਉਥੋਂ ਕਰੰਟ ਦੇ ਵਿੱਚੋਂ ਕੁਐਸਚਨ ਲੈ ਲਿਆ ਪਰ ਜੇਕਰ ਜਿਹੜੇ ਕੁਐਸਚਨ ਹੋਰ ਪੇਪਰ ਦੇ ਵਿੱਚ ਪੁੱਛੇ ਗਏ ਸੀਗੇ ਉੱਥੇ 2021 ਦੇ ਵਿੱਚੋਂ ਵੀ ਪੁੱਛੇ ਗਏ ਲਗਭਗ 2-2 ਸਾਲ ਪੁਰਾਣੀ ਕੁਐਸਚਨ ਜਿਹੜੇ ਕਰੰਟ ਦੇ ਬਣਦੇ ਸੀ ਉਹ ਪੁੱਛੇ ਗਏ ਤਾਂ ਹੁਣ ਕਹਿ ਸਕਦੇ ਆ ਇਹ ਕੁਐਸਚਨ ਲਗਭਗ 2 ਸਾਲ ਚੱਲ ਸਕਦਾ ਹੈ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਕਿਹੜੇ ਰਾਜ ਨੇ ਘੋਸ਼ਣਾ ਕੀਤੀ ਸੀਗੀ ਫਰਵਰੀ 2023 ਦੇ ਵਿੱਚ ਇਸ ਵੈਟਲੈਂਡ ਦੀ ਤਾਂ ਰਾਜਸਥਾਨ ਨੇ ਕੀਤੀ ਸੀ ਆਪਸ਼ਨ ਏ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਤਾਂ ਨੈਕਸਟ ਕੁਐਸਚਨ ਅ ਤੀਜਾ ਕੁਐਸਚਨ ਆਗਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਸਥਾਪਿਤ ਕੀਤਾ ਕਦੋਂ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਰਾਜਧਾਨੀ ਬਣਾਇਆ ਸੀ ਆਪਣੀ ਕਦੋਂ ਬਣਾਇਆ ਸੀ ਤਾਂ ਇਸ ਦਾ ਰਾਈਟ ਆਨਸਰ ਇਹਗਾ 1799 ਦੇ ਵਿੱਚ অপশন এ ਇਸ কোয়েশ্চেন ਦਾ রাইਟ ਆਂਸਰ ਹੈ 1799 ਦੇ ਵਿੱਚ Maharaja Ranjit Singh ਨੇ Lahore ਨੂੰ ਆਪਣੀ ਰਾਜਧਾਨੀ ਬਣਾਇਆ ਸੀਗਾ ਤਾਂ ਜਿਨ੍ਹਾਂ ਨੇ ਅਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਤਾਂ ਪਲੀਜ਼ ਕਲਾਸ ਨੂੰ ਲਾਈਕ ਜਰੂਰ ਕਰ ਦਿਓ ਤਾਂ फोर्थ কোয়েশ্চਨ ਹੈ ਜੀ ਆਪਣਾ ਭਾਰਤ ਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਕਿਸ ਰਾਜ ਨੂੰ ਟਾਈਗਰ ਸਟੇਟ ਕਿਹਾ ਜਾਂਦਾ ਹੈ ਟਾਈਗਰ ਸਟੇਟ ਠੀਕ ਹੈ ਟਾਈਗਰ ਸਟੇਟ ਕਿਸ ਨੂੰ ਕਿਹਾ ਜਾਂਦਾ ਹੈ ਦੇਖੋ ਮੱਧ ਪ੍ਰਦੇਸ਼ ਉੱਤਰਾਖੰਡ ਮਿਜ਼ੋਰਮ ਉੱਤਰ ਪ੍ਰਦੇਸ਼ ਰਾਈਟ ਆਨਸਰ ਹੈ ਜੀ ਮੱਧ ਪ੍ਰਦੇਸ਼ ਮੱਧ ਦੇ ਵਿੱਚ ਪੈ ਗਿਆ ਠੀਕ ਹੈ ਤਾਂ ਇਸ ਨੂੰ ਤੁਸੀਂ ਮੱਧ ਪ੍ਰਦੇਸ਼ ਦੇ ਨਾਲ ਇਸ ਦਾ ਆਨਸਰ ਹੈ ਜਿਹੜਾ ਯਾਦ ਕਰ ਸਕਦੇ ਹੋ ਟਾਈਗਰ ਸਟੇਟ ਕਿਹਾ ਜਾਂਦਾ ਹੈ ਮੱਧ ਪ੍ਰਦੇਸ਼ ਨੂੰ ਆਪਸ਼ਨ ਆਪਣਾ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਗਿਆ ਜੀ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਤੇ ਪੰਜਵਾਂ ਕੁਐਸਚਨ ਹੇਠ ਲਿਖਿਆਂ ਦੇ ਵਿੱਚੋਂ ਪੰਜਾਬ ਦਾ ਕਿਹੜਾ ਨਾਚ ਸਿਰਫ ਅਣ ਵਿਆਹੇ ਮਰਦਾਂ ਦੇ ਦੁਆਰਾ ਨੱਚਿਆ ਜਾਂਦਾ ਹੈ ਲਓ ਜੀ ਇਹ ਜਿਹੜੇ ਕੁਐਸਚਨ ਨੇ ਸਾਰੇ ਕਾਂਸਟੇਬਲ ਦੇ ਪੇਪਰ ਦੇ ਵਿੱਚ ਆਏ ਹੋਏ ਐ ਠੀਕ ਹੈ ਕੋਈ ਕੋਈ ਕੁਐਸਚਨ ਇਦਾਂ ਦਾ ਐ ਕਿ ਉਹ ਕੌਨਸਟੇਬਲ ਦੇ ਪੇਪਰ ਦੇ ਵਿੱਚ ਵੀ ਆ ਗਿਆ ਤੇ ਉਸ ਦੇ ਨਾਲ ਨਾਲ ਹੀ ਪੀ ਟ੍ਰਿਪਲ ਐਸ ਵੀ ਦੇ ਪੇਪਰਾਂ ਦੇ ਵਿੱਚ ਵੀ ਦੋ ਦੋ ਵਾਰ ਪੁੱਛਿਆ ਗਿਆ ਠੀਕ ਹੈ ਤਾਂ ਉਹ ਕੁਐਸਚਨ ਵੀ ਤੁਹਾਨੂੰ ਜਰੂਰ ਦੱਸਾਂਗੇ ਉਹ ਯਾਦ ਕਰ ਲਿਓ ਤੁਸੀਂ ਅੱਗੇ ਵੀ ਤੁਹਾਡੇ ਲਈ ਰਿਪੀਟ ਹੋ ਸਕਦੇ ਆ ਤਾਂ ਇਹ ਕੁਐਸਚਨ ਪੰਜਵਾਂ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਪੰਜਾਬ ਦਾ ਕਿਹੜਾ ਨਾਚ ਸਿਰਫ ਅਣਵਿਆਹੇ ਠੀਕ ਹੈ ਮਰਦਾਂ ਦੇ ਦੁਆਰਾ ਨੱਚਿਆ ਜਾਂਦਾ ਡੰਕਾਰਾ ਲੁੱਡੀ ਭੰਗੜਾ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਜੀ ਮਲਵਈ ਗਿੱਧਾ ਮਲਵਈ ਗਿੱਧਾ ਜਿਹੜਾ ਸਿਰਫ ਤੇ ਸਿਰਫ ਅਣ ਬਿਆਹੇ ਮਾਰਦਾਂ ਦੇ ਦੁਆਰਾ ਨੱਚਿਆ ਜਾਂਦਾ ਹੈ ਰਾਈਟ ਆਨਸਰ ਹੋ ਗਿਆ ਜੀ অপਸ਼ਨ ਡੀ ਤਾਂ ਨੈਕਸਟ ਕੁਐਸਚਨ ਆ ਗਿਆ ਜੀ 6 ਸੁਖਜੀਤ ਮੈਗਾ ਫੂਡ ਪਾਰਕ ਐਂਡ ਇਨਫਰਾ ਲਿਮਟਿਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਸੁਖਜੀਤ ਮੈਗਾ ਫੂਡ ਪਾਰਕ ਐਂਡ ਇਨਫਰਾ ਲਿਮਟਿਡ ਤਾਂ ਇਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਜੀ ਇਹ ਹੈ ਜੀ ਕਪੂਰਥਲਾ ਮਾਨਸਾ ਸੰਗਰੂਰ ਜਾਂ ਪਟਿਆਲਾ ਇਸ ਦਾ ਰਾਈਟ ਆਨਸਰ ਹੋ ਗਿਆ ਜੀ ਆਪਣਾ ਕਪੂਰਥਲਾ ਆਪਸ਼ਨ ਏ ਰਾਈਟ ਆਨਸਰ ਹੈ ਇਸ ਕੁਐਸਚਨ ਦਾ ਆਪਸ਼ਨ ਏ ਪਟਿਆ ਆਪਣਾ ਕਪੂਰਥਲੇ ਦੇ ਵਿੱਚ ਹੈਗਾ ਤਾਂ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ 7ਵਾਂ ਈਸਟ ਇੰਡੀਆ ਕੰਪਨੀ ਦੇ ਖਿਲਾਫ 1848 ਦੇ ਵਿੱਚ ਲਾਹੌਰ ਦੇ ਵਿਦਰੋਹ ਦੇ ਵਿੱਚ ਜਦੋਂ ਲਾਹੌਰ ਵਿਦਰੋਹ ਸੀ ਸਿੱਖ ਨੇਤਾ ਕੌਣ ਸੀ ਉਸ ਸਮੇਂ ਈਸਟ ਇੰਡੀਆ ਕੰਪਨੀ ਦੇ ਖਿਲਾਫ ਸੀਗਾ ਉਹ ਠੀਕ ਹੈ 1848ਵੀਂ ਦੇ ਵਿੱਚ ਲਾਹੌਰ ਦਾ ਜਿਹੜਾ ਵਿਦਰੋਹ ਸੀਗਾ ਸਿੱਖ ਨੇਤਾ ਕੌਣ ਸੀ ਜਿਹੜਾ ਕਿ ਅਗਵਾਈ ਕਰ ਰਿਹਾ ਸੀ ਚਾਤਰ ਸਿੰਘ ਅਟਾਰੀਵਾਲਾ ਲਾਲਾ ਲਾਜਪਤ ਰਾਏ ਬਾਲ ਗੰਗਾਧਰ ਤਿਲਕ ਗਾਂਧੀ ਠੀਕ ਹੈ ਕਾਟੀ ਲਾਂਦੇ ਚਲੋ ਇਹਨਾਂ ਦੇ ਵਿੱਚੋਂ ਤਾਂ ਚਾਤਰ ਸਿੰਘ ਅਟਾਰੀਵਾਲਾ ਬਿਲਕੁਲ ਇਸ ਦਾ ਰਾਈਟ ਆਨਸਰ ਹੈਗਾ 1848 ਦੇ ਵਿੱਚ ਸਿੱਖ ਨੇਤਾ ਦੇ ਵਜੋਂ ਇਹਨਾਂ ਨੇ ਅਗਵਾਈ ਕੀਤੀ ਈਸਟ ਇੰਡੀਆ ਕੰਪਨੀ ਦੇ ਖਿਲਾਫ 1848 ਇਸਵੀ ਦੇ ਵਿੱਚ ਚਾਤਰ ਸਿੰਘ ਅਟਾਰੀਵਾਲਾ ਇਸ ਦਾ ਰਾਈਟ ਆਨਸਰ ਹੋ ਗਿਆ ਜੀ ਤਾਂ ਨੈਕਸਟ ਕੁਐਸਚਨ 8ਵਾਂ ਕੁਐਸਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਜਿਹੜੀ ਕੁੱਲ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ ਤਾਂ ਇਹ ਪੀ ਟ੍ਰਿਪਲ ਐਸ ਵੀ ਦੇ ਵਿੱਚ ਵੀ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਤੇ ਕੌਨਸਟੇਬਲ ਦੀ ਪੇਪਰ ਦੇ ਵਿੱਚ ਵੀ ਇਹ ਕੁਐਸਚਨ ਬਣਿਆ ਹੋਇਆ ਸੀਗਾ ਤਾਂ ਇਸ ਦਾ ਰਾਈਟ ਆਨਸਰ ਦੇਖੋ ਜੀ ਕਿੰਨੇ ਰਾਗਾਂ ਦੇ ਵਿੱਚ ਬਾਣੀ ਦਰਜ ਹੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 19 ਰਾਗ ਜਿਹੜੇ ਵਰਤੇ ਆ ਗੁਰੂ ਨਾਨਕ ਦੇਵ ਜੀ ਨੇ ਵਰਤੇ ਆ 30 ਰਾਗ ਆਪਾਂ ਕੱਲ ਦੀ ਕਲਾਸ ਦੇ ਵਿੱਚ ਵੀ ਕੀਤਾ ਸੀਗਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਵਰਤੇ ਆ ਪੀ ਟ੍ਰਿਪਲ ਐਸ ਵੀ ਦੇ ਵੱਲੋਂ ਮਤਲਬ ਕਿ ਚੌਥੇ ਗੁਰੂ ਸਹਿਬਾਨ ਦਾ ਵੀ ਮੰਨਿਆ ਜਾਂਦਾ ਹੈ ਵੈਸੇ ਚੌਥੇ ਗੁਰੂ ਸਹਿਬਾਨ ਰਾਮਦਾਸ ਜੀ ਦਾ 29 ਵੀ ਸਹੀ ਕਰ ਦਿੱਤਾ ਜਾਂਦਾ ਹੈ 30 ਵੀ ਸਹੀ ਕਰ ਦਿੱਤਾ ਜਾਂਦਾ ਹੈ ਪੀਟ੍ਰੀਪਲ ਐਸਬੀ ਦੇ ਵਿੱਚ ਜ਼ਿਆਦਾਤਰ ਪੇਪਰਾਂ ਦੇ ਵਿੱਚ 30 ਹੀ ਸਹੀ ਕੀਤਾ ਗਿਆ ਤਾਂ ਤੁਸੀਂ 30 ਹੀ ਮੰਨ ਕੇ ਚੱਲੋਗੇ ਚੌਥੇ ਤੇ ਪੰਜਵੇਂ ਗੁਰੂ ਨੇ 30 ਰਾਗ ਵਰਤੇ ਆ ਤੇ ਟੋਟਲ 31 ਰਾਗ ਨੇ 39 ਤਾਂ ਜਿਹੜੀਆਂ 12 ਨੇ ਭਾਈ ਗੁਰਦਾਸ ਜੀ ਦੀਆਂ ਨੇ ਠੀਕ ਹੈ ਤਾਂ ਇਹ ਰਾਗ ਨਹੀਂ ਹੈ ਠੀਕ ਹੈ ਤਾਂ ਇਸ ਦੇ ਵਿੱਚ ਦੇਖੋ ਹੁਣ ਜਿਹੜੇ ਇੱਥੇ 30 ਰਾਗ ਸੀ ਜਦੋਂ ਆਦਿ ਗ੍ਰੰਥ ਸਾਹਿਬ ਸੀਗੇ ਠੀਕ ਹੈ ਯਾਨੀ ਕਿ ਪੰਜਵੇਂ ਗੁਰੂ ਸਹਿਬਾਨ ਨੇ ਜਦੋਂ ਆਦਿ ਗ੍ਰੰਥ ਸਾਹਿਬ ਬਣਾਏ ਠੀਕ ਹੈ ਆਦਿ ਗ੍ਰੰਥ ਸਾਹਿਬ ਬਣਾਇਆ ਤਾਂ ਉਸ ਸਮੇਂ 30 ਰਾਗ ਸੀਗੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਦੁਬਾਰਾ ਤੋਂ ਐਡਿਟ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਠੀਕ ਹੈ ਤਲਵੰਡੀ ਸਾਬੋ ਦੇ ਵਿੱਚ ਤਾਂ ਉੱਥੇ 31ਵਾਂ ਰਾਗ ਉਸ ਦੇ ਵਿੱਚ ਐਡ ਕਰ ਦਿੱਤਾ ਗਿਆ ਜਿਹੜਾ ਕਿ ਜੈਜਾਵੰਤੀ ਦਾ ਰਾਗ ਸੀ ਕੱਲ ਦੀ ਕਲਾਸ ਦੇ ਵਿੱਚ ਵੀ ਆਪਾਂ ਇਹ ਕੁਐਸਚਨ ਕੀਤਾ ਸੀਗਾ ਪਰ ਉਹ ਕੁਐਸਚਨ ਹੋਰ ਸੀਗਾ ਠੀਕ ਹੈ ਜੈਜਾਵੰਤੀ ਦਾ ਰਾਗ 31ਵਾਂ ਰਾਗ ਐਡ ਕੀਤਾ ਸੀਗਾ ਤੇ ਇਹ ਜੈਜਾਵੰਤੀ ਦਾ ਰਾਗ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤਿਆ ਤਾਂ ਇਸ ਤੋਂ ਪਹਿਲਾਂ 30 ਰਾਗ ਚੱਲੇ ਆ ਰਹੇ ਸੀ ਜਿਹੜਾ 31ਵਾਂ ਰਾਗ ਬਾਅਦ ਦੇ ਵਿੱਚ ਐਡ ਕੀਤਾ ਗਿਆ ਸੀ ਤਾਂ ਆਪਣੇ ਕੁਐਸਚਨ ਦਾ ਆਨਸਰ ਕੀ ਹੋ ਜਾਏਗਾ ਆਪਣੇ ਕੁਐਸਚਨ ਦਾ ਆਨਸਰ ਹੋ ਜਾਏਗਾ ਕੁੱਲ ਕਿੰਨੇ ਰਾਗ ਵਰਤੇ ਗਏ ਆ ਇਹ ਦੱਸਣਾ 31ਵਾਂ ਰਾਗ ਐਡ ਕਰ ਦਿੱਤਾ ਗਿਆ ਤਾਂ ਟੋਟਲ ਕਿੰਨੇ ਹੋਗੇ 31 ਹੀ ਹੋਗੇ ਲਓ ਜੀ 31 ਇਸ ਕੁਐਸਚਨ ਦਾ ਆਪਣਾ ਰਾਈਟ ਆਨਸਰ ਹੋ ਗਿਆ ਜੀ 8ਵੇਂ ਕੁਐਸਚਨ ਦਾ ਤਾਂ ਨਾਲ ਦੀ ਨਾਲ ਤੁਸੀਂ ਆਨਸਰ ਜਰੂਰ ਸੋਚਿਆ ਕਰੋ ਤੇ ਚਲੋ ਨੈਕਸਟ ਕੁਐਸਚਨ ਹੈ ਨੌਵਾਂ ਸੰਸਦ ਦੇ ਹਰੇਕ ਸਦਨ ਜਿੰਨਾ ਨੂੰ ਰਾਜਾਂ ਦੀ ਕੌਂਸਲ ਰਾਜਾਂ ਦੀ ਕੌਂਸਲ ਅਤੇ ਲੋਕਾਂ ਦਾ ਸਦਨ ਦੇ ਵਜੋਂ ਜਾਣੇ ਜਾਂਦੇ ਹੁਣ ਦੇਖੋ ਇਸ ਦੇ ਵਿੱਚ ਇੱਕ ਚੀਜ਼ ਇੱਥੇ ਹੋਰ ਯਾਦ ਕਰਨ ਵਾਲੀ ਹੈ ਦੇਖੋ ਰਾਜਾਂ ਦੀ ਕੌਂਸਲ ਕੀ ਹੈ ਰਾਜ ਸਭਾ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਰਾਜਾਂ ਦਾ ਕੌਂਸਲ ਦੱਸੋ ਇਹਨਾਂ ਦੇ ਵਿੱਚੋਂ ਰਾਜ ਸਭਾ ਲੋਕਾਂ ਦਾ ਸਦਨ ਲੋਕ ਸਭਾ ਠੀਕ ਹੈ ਇਹਨਾਂ ਦੇ ਵਜੋਂ ਇਸ ਨੂੰ ਜਾਣਿਆ ਜਾਂਦਾ ਹੈ ਦੀ ਪਿਛਲੀ ਬੈਠਕ ਜਿਹੜੀ ਲੇਟੈਸਟ ਬੈਠਕ ਹੁੰਦੀ ਹੈ ਕਿੰਨੇ ਮਹੀਨਿਆਂ ਦੇ ਵਿੱਚ ਵਿੱਚ ਇਸ ਦੇ ਅੰਦਰ ਮੀਟਿੰਗ ਹੋਣੀ ਚਾਹੀਦੀ ਇਸ ਬੈਠਕ ਦੀ ਹੁਣ ਦੇਖੋ ਇਹ ਦੱਸਨੇ ਕਿੰਨੇ ਮਹੀਨਿਆਂ ਦੇ ਵਿੱਚ ਜਿਹੜੀ ਲੇਟੈਸਟ ਮੀਟਿੰਗ ਹੋ ਕੇ ਖਟ ਗਿਆ ਉਸ ਤੋਂ ਕਿੰਨੇ ਮਹੀਨੇ ਬਾਅਦ ਮੀਟਿੰਗ ਹੈ ਜਿਹੜੀ ਹੋਣੀ ਚਾਹੀਦੀ ਆ ਤਾਂ ਇਸ ਦਾ ਰਾਈਟ ਆਨਸਰ ਹੋ ਗਿਆ ਜੀ 6 ਮਹੀਨੇ 6 ਮਹੀਨਿਆਂ ਦੇ ਵਿੱਚ ਮੀਟਿੰਗ ਹੋਣੀ ਚਾਹੀਦੀ ਆ ਲਓ ਜੀ ਆਪਸ਼ਨ ਬੀ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਗਿਆ ਜੀ ਤਾਂ 10ਵਾਂ ਕੁਐਸਚਨ ਦੇਖੋ ਭਾਰਤੀ ਸੰਵਿਧਾਨ ਦੇ ਵਿੱਚ 73ਵੀਂ ਸੋਧ ਬਾਰੇ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਤਾਂ ਹੁਣ ਇੱਥੇ ਇਹ ਦੱਸਣਾ ਹੋਏਗਾ ਕਿ 73ਵੀਂ ਸੋਧ ਦੇ ਵਿੱਚ ਇਹਨਾਂ ਦੇ ਵਿੱਚੋਂ ਕੀ ਗੱਲ ਨਹੀਂ ਕਹੀ ਗਈ 73ਵੀਂ ਸੋਧ ਦੇ ਬਾਰੇ ਆਪਾਂ ਦੱਸਣਾ ਕਿਹੜਾ ਸਹੀ ਨਹੀਂ ਹੈ ਹੁਣ ਦੇਖੋ ਜਿਹੜੇ ਪੰਚਾਇਤਾਂ ਨਾਲ ਸੰਬੰਧਿਤ ਹੈ ਉਹ ਸਾਰੇ 73ਵੀਂ ਦੇ ਵਿੱਚ ਆਪਾਂ ਦੇਖ ਲਾਂਗੇ ਹੁਣ ਦੇਖੋ ਇਹਦੇ ਵਿੱਚ ਪਹਿਲੀ ਆਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਜ਼ਿਲ੍ਹਾ ਬਲਾਕ ਅਤੇ ਪਿੰਡ ਪੱਧਰ ਤੇ ਤਿੰਨ ਪੱਧਰੀ ਜਿਹੜਾ ਪੰਚਾਇਤੀ ਰਾਜ ਢਾਂਚਾ ਸੀਗਾ ਬਣਾਇਆ ਠੀਕ ਹੈ ਉਹ ਸਹੀ ਹੈ 73ਵੀਂ ਦੇ ਵਿੱਚ ਆ ਜਾਏਗਾ ਉਸ ਤੋਂ ਬਾਅਦ ਦੇਖੋ ਪੰਚਾਇਤੀ ਰਾਜ ਸੰਸਥਾਵਾਂ ਦੀ ਚੋਣ ਲੜਨ ਦੇ ਲਈ ਘੱਟੋ ਘੱਟ ਉਮਰ ਹੈ ਜਿਹੜੀ 21 ਸਾਲ ਉਹ ਵੀ ਇਸ ਦੇ ਵਿੱਚ ਆ ਗਿਆ 73ਵੀਂ ਦੇ ਵਿੱਚ ਹੁਣ ਉਸ ਤੋਂ ਬਾਅਦ ਇੱਕ ਹੋਰ ਆ ਗਿਆ ਪੰਚਾਇਤੀ ਰਾਜ ਸੰਸਥਾਵਾਂ ਦਾ ਜਿਹੜਾ ਕਾਰਜਕਾਲ 5 ਸਾਲ ਦਾ ਹੋਏਗਾ ਉਹ ਵੀ 73ਵੀਂ ਦੇ ਵਿੱਚ ਆ ਗਿਆ ਹੁਣ ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਕੀ ਆਪਾਂ ਦੇਖ ਲਿਆ ਕਿ ਇਹਦੇ ਵਿੱਚ ਪੰਚਾਇਤਾਂ ਦੀ ਜਿਹੜੇ ਇਹਦੇ ਵਿੱਚ ਗੱਲ ਕੀਤੀ ਹੈ ਪੰਚਾਇਤੀ ਰਾਜ ਢਾਂਚਾ ਠੀਕ ਹੈ ਇਹ ਵੀ 73ਵੀਂ ਦੇ ਵਿੱਚ ਇਹ ਵੀ ਪੰਚਾਇਤੀ ਰਾਜ ਹੋ ਗਿਆ ਇਹ ਵੀ ਪੰਚਾਇਤੀ ਰਾਜ ਇਹ ਸਾਰੇ ਜਿਹੜੇ ਪੰਚਾਇਤੀ ਰਾਜ ਵਾਲੇ ਆ ਉਹ 73ਵੀਂ ਸੋਧ ਦੇ ਵਿੱਚ ਆ ਜਾਣਗੇ ਹੁਣ ਦੇਖੋ ਨਗਰ ਨਿਗਮ ਵਾਲਾ ਜਿਹੜਾ ਉਹ 73ਵੀਂ ਸੋਧ ਦੇ ਵਿੱਚ ਨਹੀਂ ਆਉਂਦਾ ਤਾਂ ਇਹਨਾਂ ਨੇ ਨਹੀਂ ਹੀ ਪੁੱਛਿਆ ਸੀ ਇਹ 74ਵੀਂ ਦੇ ਵਿੱਚ ਆਪਾਂ ਕਾਊਂਟ ਕਰ ਲਵਾਂਗੇ ਠੀਕ ਹੈ ਜੀ ਤਾਂ ਇਹ ਇਸ ਦਾ ਰਾਈਟ ਆਨਸਰ ਕਿਹੜਾ ਹੋ ਗਿਆ ਨਹੀਂ ਪੁੱਛਿਆ ਸੀ ਤਾਂ ਆਪਸ਼ਨ ਸੀ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਜਾਏਗਾ ਨਗਰ ਨਿਗਮਾਂ ਦਾ ਗਠਨ ਬਹੁਤ ਵੱਡੇ ਜਿਹੜੇ ਸ਼ਹਿਰੀ ਖੇਤਰ ਦੇ ਲਈ ਕੀਤਾ ਜਾਵੇਗਾ ਜਿਹੜਾ ਵੱਡੇ ਸ਼ਹਿਰ ਹੋਣਗੇ ਉਹਨਾਂ ਖੇਤਰਾਂ ਦੇ ਲਈ ਇਹ ਜਿਹੜਾ ਨਗਰ ਨਿਗਮ ਹੈ ਉਹਨਾਂ ਦਾ ਗਠਨ ਕੀਤਾ ਜਾਏਗਾ ਇਹ ਇਸ ਦੇ ਵਿੱਚ ਨਹੀਂ ਆਉਂਦਾ ਠੀਕ ਹੈ 73ਵੀਂ ਸੋਤ ਦੇ ਵਿੱਚ ਨਹੀਂ ਆਉਂਦਾ ਇਹ ਇਸ ਤੋਂ ਅਗਲੀ ਸੋਤ ਦੇ ਵਿੱਚ ਚਲਾ ਜਾਏਗਾ ਤਾਂ ਨੈਕਸਟ ਕੁਐਸਚਨ ਹੈ ਜੀ ਆਪਣਾ 11ਵਾਂ ਕੁਐਸਚਨ ਤਾਂ ਦੇਖੋ ਜੀ ਲੋਹੜੀ ਦੇ ਤਿਹਾੜ ਦੇ ਨਾਲ ਰਿਲੇਟਡ ਇਹ ਕੁਐਸਚਨ ਹੈ ਲੋਹੜੀ ਦਾ ਤਿਹਾੜ ਕਿਸ ਦੇਵਤੇ ਦੀ ਪੂਜਾ ਦੇ ਨਾਲ ਸੰਬੰਧਿਤ ਹੈ ਹੁਣ ਦੇਖੋ ਜਿਹੜਾ ਇਹ ਕੁਐਸਚਨ ਹੈ ਇਹ ਕੁਐਸਚਨ ਕੁਆਲੀਫਾਈਂਗ ਪੇਪਰਾਂ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਤੇ ਇਹ ਜਿਹੜਾ ਮੇਨ ਪੇਪਰ ਸੀ ਉਸ ਦੇ ਵਿੱਚ ਵੀ ਇਹ ਕੁਐਸਚਨ ਬਣਿਆ ਹੋਇਆ ਸੀਗਾ ਜਰਨਲ ਅਵੇਅਰਨੈਸ ਵਾਲੇ ਪਾਰਟ ਦੇ ਵਿੱਚ ਠੀਕ ਹੈ ਤਾਂ ਇਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਉਸ ਦੇ ਵਿੱਚ ਹੀ ਲਿਖ ਦਿੰਦੇ ਆ ਇਹ ਕਿ ਕਲਚਰ ਹੈ ਜਿਹੜਾ ਕਲਚਰ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਏਗਾ ਕਲਚਰ ਦੇ ਵਿੱਚ ਫਿਰ ਤਿਹਾਰ ਵੀ ਐਡ ਕਰ ਲਏ ਇਹਨਾਂ ਨੇ ਠੀਕ ਹੈ ਕਈ ਵਾਰ ਗਾਇਣਿਆਂ ਦੇ ਵਿੱਚੋਂ ਵੀ ਕੁਐਸਚਨ ਬਣੇ ਆ ਇਹ ਇਦਾਂ ਕੁਐਸਚਨ ਉਸ ਦੇ ਵਿੱਚ ਆਉਂਦਾ ਰਹਿੰਦਾ ਪੀਟ ਰਿਪਲਸਬੀ ਦੇ ਵਿੱਚ ਤਾਂ ਬਾਰ-ਬਾਰ ਪੁੱਛੇ ਜਾਂਦੇ ਹੈਗੇ ਇਹ ਕੁਐਸਚਨ ਹੁਣ ਦੇਖੋ 11ਵਾਂ ਕੁਐਸਚਨ ਹੈ ਲੋਹੜੀ ਦਾ ਤਿਹਾਰ ਕਿਸ ਦੇਵਤੇ ਦੀ ਪੂਜਾ ਦੇ ਨਾਲ ਸੰਬੰਧਿਤ ਹੈ ਲਕਸ਼ਮੀ ਦੀ ਪੂਜਾ ਦੀਵਾਲੀ ਨੂੰ ਕੀਤੀ ਜਾਂਦੀ ਹੈ ਸ਼ਿਵ ਨਹੀਂ ਹੈਗਾ ਠੀਕ ਹੈ ਸ਼ਕਤੀ ਦੇਵੀ ਦੀ ਨਹੀਂ ਤੇ ਉਸ ਤੋਂ ਬਾਅਦ ਅਗਨ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਬੈਸੰਤਰ ਅਗਨ ਅਗਨੀ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ ਲੋਹੜੀ ਦੇ ਤਿਹਾਰ ਨੂੰ ਤਾਂ ਰਾਈਟ ਆਨਸਰ ਆਪਸ਼ਨ ਡੀ ਹੋਗਾ ਜੀ ਇਸ ਕੁਐਸਚਨ ਦਾ ਤਾਂ ਨੈਕਸਟ ਕੁਐਸਚਨ 12ਵਾਂ ਸੰਘੋਲ ਇੱਕ ਇਤਿਹਾਸਿਕ ਪਿੰਡ ਹੈ ਸੰਘੋਲ ਕੀ ਹੈ ਇਤਿਹਾਸਿਕ ਪਿੰਡ ਹੈ ਪੰਜਾਬ ਦੇ ਹੇਠ ਲਿਖੇ ਜ਼ਿਲ੍ਹਿਆਂ ਦੇ ਵਿੱਚੋਂ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ ਬਸ ਸਿੱਧਾ ਸਮਝ ਲਓ ਸੰਘੋਲ ਦੱਸਣਾ ਹੈ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਦੇਖੋ ਹੁਸ਼ਿਆਰਪੁਰ ਦੇ ਵਿੱਚ ਨਹੀਂ ਆਉਂਦਾ ਬਠਿੰਡੇ ਦੇ ਵਿੱਚ ਵੀ ਨਹੀਂ ਆਉਂਦਾ ਬਰਨਾਲਾ ਵੀ ਨਹੀਂ ਹੈਗਾ ਤੇ ਇਸ ਦਾ ਰਾਈਟ ਆਨਸਰ ਹੈ অপਸ਼ਨ ਡੀ ਫਤਿਹਗੜ ਸਾਹਿਬ ਦੇ ਵਿੱਚ ਆਉਂਦਾ ਸੰਘੋਲ ਇਹ ਕਈ ਸ਼ਿਫਟਾਂ ਦੇ ਵਿੱਚ ਇਹ ਕੁਐਸਚਨ ਬਣਿਆ ਸੀਗਾ ਲਗਭਗ 4-5 ਸ਼ਿਫਟਾਂ ਦੇ ਵਿੱਚ ਇਹ ਕੁਐਸਚਨ ਰਿਪੀਟ ਹੋਇਆ ਇੰਪੋਰਟੈਂਟ ਹੈ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਿਓ ਕੌਨਸਟੇਬਲ ਦੇ ਪੇਪਰ ਤੇ ਲਈ ਤਾਂ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਨਹੀਂ ਖਡੂਰ ਸੈਪ ਵੀ ਨਹੀਂ ਤਾਂ ਰਾਈਟ ਆਨਸਰ ਅੰਮ੍ਰਿਤਸਰ ਹੈ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਨਗਰੀ ਤਨ ਤਨ ਰਾਮਦਾਸ ਗੁਰ ਜਿਨ ਸਿਰ ਹੱਤੈ ਨੇ ਸਵਾਰਿਆ ਤਾਂ ਨੈਕਸਟ ਕੁਐਸਚਨ 14ਵਾਂ ਭਾਰਤੀ ਸੰਵਿਧਾਨ ਦਾ ਅਨੁਸ਼ੇਦ 44 ਹੈ ਜਿਹੜਾ ਡੈਸ਼ ਨਾਲ ਸਬੰਧਿਤ ਹੈ ਕਿਸ ਦੇ ਨਾਲ ਸਬੰਧਿਤ ਹੈ ਜਿਹੜਾ 44ਵਾਂ ਅਨੁਸ਼ੇਦ ਹੈ ਹੁਣ ਕੰਮ ਕਰਨ ਦਾ ਅਧਿਕਾਰ ਹੈ ਠੀਕ ਹੈ ਨਹੀਂ ਜੀ ਸਿੱਖਿਆ ਦਾ ਅਧਿਕਾਰ ਵੀ ਨਹੀਂ ਹੈਗਾ ਰਾਜਾਂ ਦਾ ਪੁਨਰਗਠਨ ਵੀ ਇਸ ਦੇ ਵਿੱਚ ਆਉਂਦਾ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਯੂਨੀਫਾਰਮ ਸਿਵਲ ਕੋਡ ਹੈ ਜਿਹੜਾ ਉਹ ਆਏਗਾ ਸਮਾਨ ਨਾਗਰਿਕ ਸਾਂਹਿੱਤਾ ਜਿਹੜਾ ਆਪਸ਼ਨ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਗਿਆ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਿਹੜਾ ਆਰਟੀਕਲ ਕਰਦਾ ਹੈ ਉਹ ਕਰਦਾ ਜੀ ਆਰਟੀਕਲ 44 ਠੀਕ ਹੈ ਜਾਂ ਅਨੁਸ਼ੇਦ 44 ਕਹਿ ਸਕਦੇ ਤੁਸੀਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦਾ ਹੈ ਤਾਂ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਇਹ ਕੁਐਸਚਨ ਬੀ ਲਗਭਗ ਰਪੀਟ ਮੰਗੂ ਹੁੰਦਾ ਰਿਹਾ ਹੈ ਤਾਂ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ 15ਵਾਂ ਪੰਜਾਬੀ ਬੋਲ ਦੀ ਆਬਾਦੀ ਸਭ ਤੋਂ ਜ਼ਿਆਦਾ ਕਿਹੜੇ ਦੇਸ਼ ਦੇ ਵਿੱਚ ਹੈ ਲਓ ਜੀ ਤਾਂ ਦੇਖੋ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਹੈ ਬਹੁਤਿਆਂ ਤਾਂ ਬਸ ਸਿੱਧਾ ਭਾਰਤ ਚੇਪ ਦੇਣਾ ਤਾਂ ਇਸ ਦਾ ਰਾਈਟ ਆਨਸਰ ਭਾਰਤ ਨਹੀਂ ਹੈ ਤਾਂ ਉਸ ਤੋਂ ਬਾਅਦ ਦੇਖੋ ਫਿਰ ਕੈਨੇਡਾ ਦੇ ਵੱਲ ਜਾਣਗੇ ਨਹੀਂ ਇਹ ਵੀ ਨਹੀਂ ਹੈਗਾ ਇੰਗਲੈਂਡ ਵੀ ਨਹੀਂ ਹੈਗਾ ਤਾਂ ਸਭ ਤੋਂ ਜ਼ਿਆਦਾ ਪੰਜਾਬੀ ਜਿੱਥੇ ਬੋਲੀ ਜਾਂਦੀ ਹੈ ਉਹ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਠੀਕ ਹੈ ਕਿਉਂਕਿ ਜਿਹੜਾ ਪੰਜਾਬ ਦਾ ਜ਼ਿਆਦਾ ਹਿੱਸਾ ਸੀਗਾ ਉਹ ਪਾਕਿਸਤਾਨ ਦੇ ਵਿੱਚ ਹੀ ਰਹਿ ਗਿਆ ਠੀਕ ਹੈ ਭਾਰਤ ਵਾਲੇ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਹੈ ਤਾਂ ਹੁਣ ਦੇਖੋ ਜੇਕਰ ਆਪਾਂ ਨੇ ਦੇਖਣੀ ਹੋਵੇ ਕਿ ਕਿੰਨੀ ਆਬਾਦੀ ਹੈ ਜਿਹੜੀ ਪੰਜਾਬੀ ਬੋਲਦੀ ਹੈ ਭਾਰਤ ਦੇ ਵਿੱਚ ਲਗਭਗ 2.5 ਕਰੋੜ ਸੀਗੇ ਜਿਹੜੇ ਪੰਜਾਬੀ ਬੋਲਣ ਵਾਲੇ ਸੀਗੇ ਤੇ ਹੁਣ ਲਗਭਗ ਆਪਣਾ 3 ਕਰੋੜ ਨੇ ਜਿਹੜੇ ਲੋਕ ਪੰਜਾਬੀ ਬੋਲਦੇ ਆ ਭਾਰਤ ਦੇ ਵਿੱਚ ਠੀਕ ਹੈ ਬਸ ਤਾਂ ਲਗਭਗ ਸੁਣਤਾ ਸਾਰੀ ਲੈਂਦੇ ਆ ਠੀਕ ਹੈ ਪੰਜਾਬੀ ਗਾਣੇ ਤੁਸੀਂ ਦੇਖਿਆ ਹੋਵੇਗਾ ਕਿ ਸਾਊਥ ਤੱਕ ਚੱਲਦੇ ਆ ਉਸ ਤੋਂ ਬਾਅਦ ਦੇਖੋ ਭਾਰਤ ਦੇ ਵਿੱਚ ਆਪਾਂ ਦੇਖਿਆ 3 ਕਰੋੜ ਨੇ ਜਿਹੜੇ ਲੋਕ ਉਹ ਬੋਲਦੇ ਆ ਪੰਜਾਬੀ ਉਸ ਤੋਂ ਬਾਅਦ ਅੱਗੇ ਪਾਕਿਸਤਾਨ ਦੇ ਵਿੱਚ ਹੁਣ ਦੇਖੋ ਪਾਕਿਸਤਾਨ ਦੇ ਵਿੱਚ ਕਿੰਨੇ ਬੋਲਦੇ ਹੋਣਗੇ 4 5 6 ਨਹੀਂ ਤਾਂ ਪਹਿਲਾਂ ਬੋਲਦੇ ਸੀ 7 ਕਰੋੜ ਹੁਣ ਲਗਭਗ 8 ਕਰੋੜ ਲੋਕ ਨੇ ਜਿਹੜੇ ਉਹ ਪੰਜਾਬੀ ਬੋਲਦੇ ਆ ਲਗਭਗ 3 ਗੁਣਾ ਦੇ ਨੇੜੇ ਤੇੜੇ ਪਹੁੰਚ ਚੁੱਕੇ ਕੰਮ ਠੀਕ ਹੈ ਹੁਣ ਦੇਖੋ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪਾਕਿਸਤਾਨ ਨੂੰ ਰਾਈਟ ਆਨਸਰ ਕਰਨਾ ਬਹੁਤ ਨੇ ਗਲਤ ਵੀ ਕੀਤਾ ਹੋਏਗਾ ਇਹ ਜਦੋਂ ਕੁਐਸਚਨ ਇਹ ਪੁੱਛਿਆ ਗਿਆ ਸੀ ਤਾਂ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ 16ਵਾਂ ਗੁਰੂ ਤੇਗ ਬਹਾਦਰ ਜੀ ਨੇ ਬ੍ਰਜ ਸੰਸਕ੍ਰਿਤ ਅਰਬੀ ਅਤੇ ਪੰਜਾਬੀ ਦਾ ਗਿਆਨ ਕਿਸ ਦੇ ਕੋਲੋਂ ਹਾਸਲ ਕੀਤਾ ਸੀ ਲਓ ਜੀ ਇਹ ਕੁਐਸਚਨ ਅੱਭੀ ਆਪਣਾ ਕੌਨਸਟੇਬਲ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਅ ਗੁਰੂ ਤੇਗ ਬਹਾਦਰ ਜੀ ਨੇ ਬ੍ਰਜ ਭਾਸ਼ਾ ਸੰਸਕ੍ਰਿਤ ਫਾਰਸੀ ਤੇ ਪੰਜਾਬੀ ਦਾ ਗਿਆਨ ਕਿੱਥੋਂ ਹਾਸਲ ਕੀਤਾ ਤਾਂ ਹਾਸਲ ਕੀਤਾ ਸੀ ਭਾਈ ਗੁਰਦਾਸ ਜੀ ਦੇ ਕੋਲੋਂ ਆਪਸ਼ਨ ਡੀ ਰਾਈਟ ਆਨਸਰ ਹੈ ਭਾਈ ਗੁਰਦਾਸ ਜੀ ਦੇ ਕੋਲੋਂ ਜਿਹੜਾ ਇਨਾ ਪਛਾਵਾਂ ਦਾ ਗਿਆਨ ਹਾਸਲ ਕੀਤਾ ਨੌਵੇਂ ਪਾਤਸ਼ਾਹ ਜੀ ਨੇ ਤਾਂ ਰਾਈਟ ਆਨਸਰ ਆਪਸ਼ਨ ਡੀ ਹੋ ਗਿਆ ਜੀ ਉਸ ਤੋਂ ਬਾਅਦ ਦੇਖਦੇ ਆਂ ਅਗਲਾ ਕੁਐਸਚਨ 17ਵਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਦੇ ਵਿੱਚ ਕਦੋਂ ਸ਼ਾਮਲ ਕੀਤਾ ਇਹ ਕੁਐਸਚਨ ਪਤਾ ਹੀ ਨਹੀਂ ਕਿੰਨੇ ਵਾਰ ਪੁੱਛਿਆ ਗਿਆ ਪੀ ਟ੍ਰਿਪਲ ਐਸ ਵੀ ਦੇ ਵਿੱਚ ਤੇ ਆਪਣਾ ਕੌਨਸਟੇਬਲ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਆਪਣੇ ਵਿੱਚ ਮਿਲਾ ਲਿਆ ਸੀਗਾ ਸਿੱਧਾ ਬਸ ਇਹ ਅਨਸਰ ਦੇਣਾ 1839 ਦੇ ਵਿੱਚ 1840 ਦੇ ਵਿੱਚ 50 ਦੇ ਵਿੱਚ ਨਹੀਂ ਜੀ ਰਾਈਟ ਆਨਸਰ ਹੈ 1849 ਇਸਵੀ ਦੇ ਵਿੱਚ ਆਪਸ਼ਨ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਗਿਆ 1849 ਦੇ ਵਿੱਚ ਤਾਂ ਸਾਰੇ ਸੂਬਿਆਂ ਤੋਂ ਬਾਅਦ ਪੰਜਾਬ ਦੀ ਵਾਰੀ ਆਈ ਹੈ ਜਿਹੜਾ ਬ੍ਰਿਟਾਨਵੀ ਰਾਜ ਦੇ ਵਿੱਚ ਸ਼ਾਮਿਲ ਕੀਤਾ ਗਿਆ 1849 ਦੇ ਵਿੱਚ ਪੰਜਾਬ ਨੂੰ ਬ੍ਰਿਟਾਨਵੀ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀਗਾ ਤਾਂ ਨੈਕਸਟ ਕੁਐਸਚਨ 18ਵਾਂ ਅਕਾਲ ਤਖਤ ਸਾਬ ਦਾ ਸ਼ਾਬਦਿਕ ਅਰਥ ਕੀ ਹੈ ਅਕਾਲ ਤਖਤ ਸਾਬ ਹੈ ਜਿਹੜਾ ਉਸਾਰੀ ਕੀਤੀ ਠੀਕ ਹੈ ਤੇ ਇਸ ਦਾ ਜਿਹੜਾ ਸ਼ਾਬਦਿਕ ਅਰਥ ਕੀ ਹੈ ਮੰਦਰ ਨਹੀਂ ਜੀ ਮਸਜਿਦ ਵੀ ਨਹੀਂ ਹੈ ਕੁਰਸੀ ਵੀ ਨਹੀਂ ਹੈਗੀ ਮਤਲਬ ਕਿ ਜੇ ਆਪਾਂ ਕਹਿ ਦਈਏ ਕਿ ਰਾਜਨੀਤਿਕ ਕੁਰਸੀ ਵੀ ਨਹੀਂ ਹੈਗੀ ਸਦੀਵੀ ਤਖਤ ਹੈ ਠੀਕ ਹੈ ਅਕਾਲ ਠੀਕ ਹੈ ਜਿਹਦਾ ਕਾਲ ਹੀ ਨਹੀਂ ਹੈਗਾ ਕੋਈ ਉਹ ਯੁੱਗਾਂ ਯੁੱਗਾਂ ਤੱਕ ਚੱਲਣ ਵਾਲਾ ਤਾਂ ਅਕਾਲ ਤਖਤ ਇਥੋਂ ਸਦੀਵੀ ਜਿਹੜਾ ਤਖਤ ਹੈ ਉਹ ਇਸ ਦਾ ਸ਼ਾਬਦਿਕ ਅਰਥ ਹੋ ਜਾਏਗਾ ਅਕਾਲ ਤਖਤ ਦਾ ਠੀਕ ਹੈ ਰਾਈਟ ਆਨਸਰ ਆਪਸ਼ਨ ਡੀ ਹੈ ਇਸ ਕੁਐਸਚਨ ਦਾ ਤਾਂ ਉਸ ਤੋਂ ਬਾਅਦ ਫਿਰ ਨੈਕਸਟ ਤੇ ਚੱਲਦੇ ਆ 19ਵਾਂ ਕੁਐਸਚਨ ਪੰਜਾਬ ਦੇ ਵਿੱਚ ਸਮਾਣਾ ਕਿਸ ਜ਼ਿਲ੍ਹੇ ਦੀ ਤਹਿਸੀਲ ਹੈ ਲਓ ਜੀ ਇੱਕ ਚੀਜ਼ ਇੱਥੇ ਹੋਰ ਦੇਖਣ ਵਾਲੀ ਆਈ ਹੈ ਕਿ ਇਹ ਤਹਿਸੀਲਾਂ ਦੇ ਵਿੱਚੋਂ ਕੁਐਸਚਨ ਬਹੁਤ ਪੁੱਛੇਗਾ ਜਾਂ ਕੌਨਸਟੇਬਲ ਦੇ ਵਿੱਚ ਇਹ ਚੀਜ਼ ਹੁਣ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਪਵੇਗੀ ਪੜ੍ਹਨਾ ਪਵੇਗਾ ਤਾਂ ਇੱਕ ਸਪੈਸ਼ਲ ਵੀਡੀਓ ਤੁਹਾਡੇ ਲਈ ਆਪਾਂ ਜਾਂ ਤਾਂ ਸ਼ਾਰਟ ਦੇ ਵਿੱਚ ਤੁਹਾਨੂੰ ਕੱਲੇ-ਕੱਲੇ ਜ਼ਿਲ੍ਹੇ ਦੀਆਂ ਤਹਿਸੀਲਾਂ ਦੇ ਬਾਰੇ ਆਪਾਂ ਕਰ ਲਾਂਗੇ ਠੀਕ ਹੈ ਜਾਂ ਫਿਰ ਇੱਕ ਵੱਡੀ ਕਲਾਸ ਦੇ ਵਿੱਚ ਸਾਰੇ ਜਿੰਨੇ ਵੀ ਜ਼ਿਲ੍ਹੇ ਆ ਉਹਨਾਂ ਦੀਆਂ ਤਹਿਸੀਲਾਂ ਨੇ ਜਿਹੜੀਆਂ ਉਹਨਾਂ ਦੇ ਬਾਰੇ ਆਪਾਂ ਜ਼ਰੂਰ ਕਵਰ ਕਰਾਂਗੇ ਇਹਨਾਂ ਨੂੰ ਮਲੋਟ ਵੀ ਪੁੱਛਿਆ ਗਿਆ ਸੀਗਾ ਮਤਲਬ ਕਿ ਕਈ ਜਿਹੜੇ ਸੀਗੇ ਜ਼ਿਲ੍ਹੇ ਇੱਥੇ ਉਹਨਾਂ ਦੀਆਂ ਤਹਿਸੀਲਾਂ ਪੁੱਛੀਆਂ ਗਈਆਂ ਕੌਨਸਟੇਬਲ ਦੇ ਵਿੱਚ ਤਾਂ ਇਹ ਚੀਜ਼ ਤੁਸੀਂ ਜ਼ਰੂਰ ਤੇ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਪੜ੍ਹ ਕੇ ਜਾਇਓ ਤਹਿਸੀਲਾਂ ਕਿਉਂਕਿ ਪਤਾ ਕੀ ਗੱਲ ਹੁੰਦੀ ਹੈ ਲਗਭਗ 54-55 ਸ਼ਿਫਟਾਂ ਦੇ ਵਿੱਚ ਪੇਪਰ ਹੋਏ ਆ ਹੁਣ ਜਦੋਂ ਇੰਨੀਆਂ ਸ਼ਿਫਟਾਂ ਦੇ ਵਿੱਚ ਪੇਪਰ ਹੋਣਗੇ ਤਾਂ ਫਿਰ ਉਹ ਕੁਐਸਚਨਾਂ ਦਾ ਸਟਾਕ ਵੀ ਲਿਮਟਿਡ ਹੀ ਹੁੰਦਾ ਹੈ ਤਾਂ ਉਹ ਇਦਾਂ ਕੁਐਸਚਨ ਫਿਰ ਬਾਅਦ ਦੇ ਵਿੱਚ ਬਣਾ ਲਏ ਜਾਂਦੇ ਆ ਤਾਂ ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਤਹਿਸੀਲਾਂ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੁੱਛਿਆ ਜਾਏਗਾ ਕਿਸੇ ਨਾ ਕਿਸੇ ਸ਼ਿਫਟ ਦੇ ਵਿੱਚ ਚਾਹੇ ਨਾ ਪੁੱਛਿਆ ਜਾਵੇ ਪਰ ਪੁੱਛਿਆ ਜ਼ਰੂਰ ਜਾਏਗਾ ਤਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਆਉਂਦਾ ਸਮਾਨਾ ਹੁਣ ਦੇਖੋ ਏਰੀਏ ਦਾ ਫਰਕ ਪੈਂਦਾ ਜਿਸ ਏਰੀਏ ਦੇ ਵਿੱਚ ਆ ਗਿਆ ਉਹ ਕੈਂਡੀਡੇਟ ਇਸ ਦਾ ਆਨਸਰ ਦੇ ਦੇਗਾ ਨਹੀਂ ਤਾਂ ਨਹੀਂ ਠੀਕ ਹੈ ਤਾਂ ਇਹ ਮਤਲਬ ਕਿ ਜਿਹੜੇ ਇਸ ਏਰੀਏ ਦੇ ਇਸ ਜ਼ਿਲ੍ਹੇ ਦੇ ਹੋਣਗੇ ਉਹਨਾਂ ਨੂੰ ਫੈਸਿਲਿਟੀ ਮਿਲਗੀ ਉਹਨਾਂ ਦਾ ਇਹ ਕੁਐਸਚਨ ਦਾ ਆਨਸਰ ਬਿਲਕੁਲ ਸਹੀ ਹੋ ਜਾਏਗਾ ਤਾਂ ਇਸ ਦਾ ਰਾਈਟ ਆਨਸਰ ਦੇਖੋ ਲੁਧਿਆਣਾ ਨਹੀਂ ਜੀ ਲੁਧਿਆਣੇ ਦੇ ਵਿੱਚ ਵੀ ਨਹੀਂ ਹੈ ਜਲੰਧਰ ਵੀ ਨਹੀਂ ਹੈ ਮੋਗਾ ਵੀ ਨਹੀਂ ਹੈ ਇਸ ਦਾ ਰਾਈਟ ਆਨਸਰ ਹੈ ਜੀ ਪਟਿਆਲਾ ਪਟਿਆਲੇ ਦੇ ਵਿੱਚ ਸਮਾਣਾ ਪੈਂਦਾ ਤਾਂ ਇਹ ਤਹਿਸੀਲ ਹੈ ਪਟਿਆਲੇ ਜ਼ਿਲ੍ਹੇ ਦੀ ਤਾਂ ਇਸ ਦਾ ਰਾਈਟ ਆਨਸਰ ਹੋ ਗਿਆ ਜੀ অপਸ਼ਨ ਡੀ ਤਾਂ ਧਿਆਨ ਦੇ ਵਿੱਚ ਜਰੂਰ ਰੱਖਿਓ ਤੁਸੀਂ ਤਹਿਸੀਲਾਂ ਇੱਕ ਵਾਰ ਜਰੂਰ ਪੜ੍ਹ ਕੇ ਜਾਇਓ ਤਾਂ ਨੈਕਸਟ ਕੁਐਸਚਨ ਆ ਗਿਆ ਜੀ ਆਪਣਾ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਤਰਨਾਕ ਕੰਮਾਂ ਦੇ ਵਿੱਚ ਰੋਜ਼ਗਾਰ ਜਿਹੜਾ ਹੁੰਦਾ ਉਹਨਾਂ ਦਾ ਉਸ ਦੇ ਉੱਤੇ ਪਾਬੰਦੀ ਲਗਾ ਦਿੰਦਾ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਹੈ ਜਿਹੜਾ ਪਾਬੰਦੀ ਲਗਾਉਂਦਾ ਹੈ ਤਾਂ ਕਿਹੜਾ ਆਰਟੀਕਲ ਲਗਾਉਂਦਾ ਜੀ ਪਾਬੰਦੀ ਤਾਂ ਇਹ ਲਗਾਉਂਦਾ ਹੈ ਆਰਟੀਕਲ ਜਿਹੜਾ 24ਵਾਂ ਠੀਕ ਹੈ ਇਹ ਅਨੁਛੇਦ ਹੈ ਜਿਹੜਾ ਆਪਣਾ 24ਵਾਂ ਠੀਕ ਹੈ ਇਹ پابੰਦੀ ਲਗਾ ਦਿੰਦਾ ਹੈ ਕਿ ਮਤਲਬ ਕਿ ਬੱਚੇ ਆ ਜਿਹੜੇ ਉਹਨਾਂ ਨੇ ਕੰਮ ਨਹੀਂ ਕਰਨਾ ਦੇਖੋ ਜਿਹੜਾ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਸਿੱਖਿਆ ਦਾ ਅਧਿਕਾਰ ਮਿਲਿਆ ਹੋਇਆ ਬੱਚਿਆਂ ਨੂੰ 14 ਸਾਲ ਤੱਕ ਠੀਕ ਹੈ ਤਾਂ ਉਹ ਜਿਹੜਾ 21ਵਾਂ ਆਰਟੀਕਲ ਸੀਗਾ ਉਸ ਦੇ ਵਿੱਚ ਇਹ ਦਿੱਤਾ ਗਿਆ ਸੀਗਾ 21ਏ ਦੇ ਵਿੱਚ ਕਿ ਬੱਚੇ ਆ ਜਿਹੜੇ ਉਹਨਾਂ ਦਾ ਅਧਿਕਾਰ ਹੈ ਇਹ ਪੜਨਾ ਪੜਾਈ ਕਰਨੀ ਹੈ 14 ਸਾਲ ਦੀ ਉਮਰ ਤੱਕ ਤਾਂ ਉਹ ਕੰਮ ਨਹੀਂ ਕਰ ਸਕਦੇ ਠੀਕ ਹੈ ਉਹਨਾਂ ਤੋਂ ਮਤਲਬ ਕਿ ਉਹ ਅਧਿਕਾਰ ਹੈ ਜਿਹੜਾ ਸਿੱਖਿਆ ਦੇ ਹੋਇਆ ਨਹੀਂ ਜਾ ਸਕਦਾ ਇਸ ਕਰਕੇ ਉਹਨਾਂ ਨੂੰ ਪੜਨ ਵਾਲੇ ਪਾਸੇ ਪਾ ਦਿੱਤਾ ਤੇ ਇੱਥੇ ਫਿਰ ਉਹਨਾਂ ਨੂੰ ਕੰਮ ਜਿਹੜਾ ਨਹੀਂ ਲਿਆ ਜਾ ਸਕਦਾ ਹੁਣ ਇਹਨਾਂ ਦੇ ਵਿੱਚੋਂ 14ਵਾਂ ਜਿਹੜਾ ਇਹ ਰਾਈਟ ਟੂ ਇਕੁਇਟੀ ਦੇ ਵਿੱਚ ਆ ਜਾਂਦਾ ਜਾਂ ਕਹਿ ਸਕਦੇ ਆ ਵੀ ਧਰਮ ਦੇ ਆਧਾਰ ਤੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਜਾਤ ਦੇ ਆਧਾਰ ਦੇ ਉੱਤੇ ਕਿਸੇ ਬੰਦੇ ਨਾਲ ਪੱਖਪਾਤ ਨਹੀਂ ਕੀਤਾ ਜਾ ਸਕਦਾ ਨਾਮ ਬਰਾਬਰੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਤਾਂ ਉਹਨੂੰ ਇਕੁਅਲ ਦੇਖਣਾ ਪਾਏਗਾ ਕਿ ਜਿਹੜੀ ਇਕੁਇਟੀ ਹੈ ਉਹ ਪਹਿਲਾਂ ਬੰਦੇ ਦੀ ਕਿ ਉਹ ਉਸ ਨੂੰ ਜਿਹੜੀ ਬਰਾਬਰੀ ਮਿਲਣੀ ਹੈ ਉਹ ਪਹਿਲਾਂ ਮਿਲਣੀ ਹੈ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਨੇ ਤਾਂ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ ਇਹ 14ਵਾਂ ਕਹਿ ਗਿਆ ਆਰਟੀਕਲ ਉਸ ਤੋਂ ਬਾਅਦ ਜਿਹੜਾ 21ਮਾ ਆਰਟੀਕਲ ਹੋ ਗਿਆ ਇਹ ਜ਼ਿੰਦਗੀ ਜਿਉਣ ਦਾ ਅਧਿਕਾਰ ਜਿਹੜਾ ਬੰਦੇ ਨੂੰ ਮਿਲਦਾ ਉਹ ਤੁਸੀਂ ਇਸ ਦੇ ਵਿੱਚ ਕਹ ਲਓ ਨਿੱਜੀ ਜਿਹੜੀ ਆਜ਼ਾਦੀ ਹੈ ਬੰਦੇ ਦੀ ਠੀਕ ਹੈ ਉਹ ਮਿਲਣੀ ਹੀ ਚਾਹੀਦੀ ਹੈ ਹਰ ਸੂਰਤ ਦੇ ਵਿੱਚ ਉਸ ਨੂੰ ਕਿ ਇਸ ਦੇ ਉੱਤੋਂ ਉਸ ਨੂੰ ਬੰਦਾ ਨਹੀਂ ਬੰਨ੍ਹਿਆ ਨਹੀਂ ਕੀਤਾ ਜਾ ਸਕਦਾ ਬੰਦੇ ਨੂੰ ਤਾਂ ਇਹ 21ਵਾਂ ਆਰਟੀਕਲ ਕਹਿ ਗਿਆ 21 ਦੇ ਨਾਲ ਫਿਰ ਏ ਜੋੜਤਾ ਉਹ ਸਿੱਖਿਆ ਦਾ ਅਧਿਕਾਰ ਦੇ ਗਿਆ ਕਿ ਬੱਚੇ ਨੂੰ ਸਿੱਖਿਆ ਮਿਲਣੀ ਹੀ ਮਿਲਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਕਿਹੜਾ ਆ ਗਿਆ 22ਵਾਂ ਆਰਟੀਕਲ ਆ ਗਿਆ ਠੀਕ ਹੈ ਤਾਂ ਇਹ ਵੀ ਆਪਣਾ ਸੁਤੰਤਰਤਾ ਦੇ ਗਿਆ ਠੀਕ ਹੈ ਮਤਲਬ ਕਿ ਗ੍ਰਿਫਤਾਰੀ ਦਾ ਬੰਦਾ ਵੀ ਕੋਈ ਗਵਾਹੀ ਦੇ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਦੀ ਗੱਲ ਕਰ ਰਹੇ ਹਾਂ ਕਿ 14 ਸਾਲ ਦੀ ਉਮਰ ਹੈ ਜਿਹੜੀ ਬੱਚੇ ਦੀ ਠੀਕ ਹੈ ਉਹ ਖਤਰਨਾਕ ਕੰਮਾਂ ਦੇ ਵਿੱਚ ਕੋਈ ਵੀ ਰੋਜ਼ਗਾਰ ਹੈ ਜਿਹੜਾ ਉਹ ਨਹੀਂ ਲੱਗ ਸਕਦਾ 24ਵਾਂ ਆਰਟੀਕਲ ਹੈ ਜਿਹੜਾ ਉਹ ਇਹ ਗੱਲ ਕਹਿ ਦੇਗਾ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਆਪਣਾ ਆਪਸ਼ਨ ਡੀ ਹੋਗੀ ਤਾਂ ਇਹ ਸਾਰਾ ਕੁਝ ਵੈਸੇ ਤਾਂ ਆਪਾਂ ਨੇ ਜਿਹੜੀ ਆ ਇਸ ਦੇ ਵਿੱਚ ਆਰਟੀਕਲ ਨੇ ਸਾਰੇ ਇਕੱਲੇ ਇਕੱਲੇ ਪੜੇ ਹੋਏ ਆ ਉਹਦੀ ਵੀ ਜਿਹੜਾ ਸੰਵਿਧਾਨ ਹੈ ਉਸ ਦੀ ਪਲੇਲਿਸਟ ਬਣੀ ਹੋਈ ਆ ਉਹ ਜਾ ਕੇ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ ਅੱਜ ਦੀ ਕਲਾਸ ਦੇ ਵਿੱਚ ਇਹੋ 20 ਕੁਐਸਚਨਸ ਸੀਗੇ ਜਿਹੜੇ ਆਪਾਂ ਨੇ ਡਿਸਕਸ ਕੀਤੇ ਆ ਤੇ ਬਾਕੀ ਜਿਹੜੇ ਸਬਜੈਕਟ ਨੇ ਉਹ ਤੁਸੀਂ ਕਿਸ ਤਰ੍ਹਾਂ ਪੜਨੇ ਆ ਹੁਣ ਦੇਖੋ ਮੈਥ ਦੀ ਪਲੇਲਿਸਟ ਬਣੀ ਹੋਈ ਆ ਸਾਰਾ ਮੈਥ ਦਾ ਸਿਲੇਬਸ ਉਸ ਦੇ ਉੱਤੇ ਕਵਰ ਕੀਤਾ ਹੋਇਆ ਤੇ ਰੀਜ਼ਨਿੰਗ ਦੀ ਪਲੇਲਿਸਟ ਬਣੀ ਹੋਈ ਆ ਉਹ ਜਾ ਕੇ ਤੁਸੀਂ ਜ਼ਰੂਰ ਦੇਖਿਓ ਤੇ ਜੀਐਸ ਦੀ ਜਿਹੜੀ ਜਨਰਲ ਅਵੇਅਰਨੈਸ ਹੈ ਇੱਕ ਸੀਰੀਜ਼ ਤਾਂ ਚੱਲ ਰਹੀ ਹੈ ਇੱਕ ਕੰਪਲੀਟ ਕੀਤੀ ਪਈ ਆ ਉਹ ਜਾ ਕੇ ਜ਼ਰੂਰ ਦੇਖਿਓ ਮ ਤੇ ਉਸ ਤੋਂ ਬਾਅਦ MCQ ਵਾਲੇ ਹੋਰ ਸਾਰੇ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਮਿਲ ਜਾਣਗੇ ਪੰਜਾਬ ਜੀਕੇ ਥਿਉਰੀ ਕੰਪਲੀਟ ਕੀਤੀ ਹੋਈ ਆ ਸਾਰਾ ਕੁਝ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਮਿਲ ਜੇਗਾ ਇੱਕ ਵਾਰ ਜਾ ਕੇ ਤੁਸੀਂ ਸਾਰੀਆਂ ਪਲੇਲਿਸਟਾਂ ਜਰੂਰ ਦੇਖ ਦੋ ਜਿਹੜੀਆਂ ਹੁਣ ਤੱਕ ਬਣੀਆਂ ਹੋਈਆਂ ਨੇ ਜਿਹੜੇ ਪੰਜਾਬੀ ਕੁਆਲੀਫਾਈਂਗ ਪੇਪਰ ਦੀ ਤਿਆਰੀ ਕਰ ਰਹੇ ਆ ਤੇ ਉਹਦੇ ਲਈ ਪੰਜਾਬੀ ਕੁਆਲੀਫਾਈਂਗ ਪੇਪਰ ਦੀ ਇੱਕ ਸਪੈਸ਼ਲ ਪਲੇਲਿਸਟ ਬਣੀ ਹੋਈ ਆ ਚਾਹੇ ਤੁਸੀਂ ਕਿਸੇ ਵੀ ਲੈਵਲ ਦਾ ਪੇਪਰ ਦੇ ਰਹੇ ਹੋ ਪੰਜਾਬੀ ਗ੍ਰਾਮਰ ਜੇਕਰ ਤੁਸੀਂ ਉਸ ਦੇ ਵਿੱਚੋਂ ਪੜ੍ਹ ਕੇ ਚਲੇ ਜਾਓਗੇ ਤਾਂ ਉਸ ਤੋਂ ਬਾਹਰ ਕੁਐਸਚਨ ਤੁਹਾਨੂੰ ਨਹੀਂ ਦੇਖਣ ਨੂੰ ਮਿਲੇਗਾ ਇੱਕ ਵਾਰ ਜਾ ਕੇ ਤੁਸੀਂ ਸਾਰੀਆਂ ਪਲੇਲਿਸਟਾਂ ਜ਼ਰੂਰ ਦੇਖ ਦਿਓ ਤੇ ਕਮਿਊਨਿਟੀ ਦੇ ਵਿੱਚ ਆਪਾਂ MCQ ਜ਼ਰੂਰ ਪਾਉਨੇ ਹੁੰਦੇ ਆ ਡੇਲੀ YouTube ਦੇ ਵਿੱਚ ਕਮਿਊਨਿਟੀ ਲਿਖਿਆ ਹੁੰਦਾ ਜਿਹੜਾ ਉੱਥੇ ਜਾ ਕੇ ਤੁਸੀਂ ਉਸ ਦਾ ਵੀ ਆਨਸਰ ਜ਼ਰੂਰ ਦਿਆ ਕਰੋ ਬਿਲਕੁਲ ਫਰੀ ਦੇ ਵਿੱਚ ਹੈ ਕੋਈ ਵੀ ਪੇਡ ਨਹੀਂ ਹੈ ਤੇ ਆਹ ਜਿਹੜੇ ਕੁਐਸਚਨ ਨੇ ਜੋ ਆਪਾਂ ਪੜ੍ਹੇ ਆ ਆਪਣੀ ਵੈਬਸਾਈਟ ਦੇ ਉੱਤੇ ਪਬਲਿਸ਼ ਕਰ ਦਿੱਤੇ ਜਾਣਗੇ ਤੁਸੀਂ Google ਦੇ ਵਿੱਚ ਸਰਚ ਕਰ ਲੈਣਾ ਹੈ 5 ਆਪ ਸਟੱਡੀ ਉੱਥੇ ਵੈਬਸਾਈਟ ਮਿਲ ਜੇਗੀ ਸੈਕਸ਼ਨ ਵਾਈਜ਼ ਤੁਸੀਂ ਜੀਕੇ ਪੜ੍ਹ ਸਕਦੇ ਹੋ ਠੀਕ ਹੈ ਕਰੰਟ ਅਫੇਅਰ ਪੜ੍ਹ ਸਕਦੇ ਹੋ ਤਾਂ ਹੋਰ ਕੋਈ ਵੀ ਭਾਰਤੀ ਦੀ ਅਪਡੇਟ ਆਉਂਦੀ ਉਹ ਪੜ੍ਹ ਸਕਦੇ ਹੋ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਧੰਨਵਾਦ